ਚੋਰਾਂ ਦੇ ਵੱਲੋਂ ਹੁਣ ਏਟੀਐਮ ਨੂੰ ਨਿਸ਼ਾਨਾ ਬਣਾਇਆ ਗਿਆ। ਗੈਸ ਕਟਰ ਦੇ ਨਾਲ ਕੱਟ ਕੇ ਉਸ ਦੇ ਵਿੱਚੋਂ ਨਕਦੀ ਲੈ ਕੇ ਚੋਰ ਮੌਕੇ ਤੋਂ ਫਰਾਰ ਹੋ ਗਏ ਨੇ। ਤਾਂ SBI ਦੇ ਏਟੀਐਮ ਨੂੰ ਚੋਰਾਂ ਦੇ ਵੱਲੋਂ ਦੇਰ ਰਾਤ ਨਿਸ਼ਾਨਾ ਬਣਾਇਆ ਗਿਆ ਤੇ ਇਸ ਘਟਨਾ ਦੇ ਨਾਲ ਪੂਰੇ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਹੈ। ਹਾਲਾਂਕਿ ਲੋਕਾਂ ਦਾ ਕਹਿਣਾ ਹੈ ਕਿ ਆਏ ਦਿਨ ਇਲਾਕੇ ਦੇ ਵਿੱਚ ਸਨੈਚਿੰਗ ਚੋਰੀ ਦੀਆਂ ਵਾਰਦਾਤਾਂ ਵੱਧ ਰਹੀਆਂ ਨੇ, ਪਰ ਪੁਲਿਸ ਦੇ ਵੱਲੋਂ ਹਾਲੇ ਤੱਕ ਇਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ, ਜਿਸ ਦੇ ਨਤੀਜੇ ਵਜੋਂ ਹੁਣ ਇੱਕ ਹੋਰ ਵੱਡੀ ਚੋਰੀ SBI ਦੇ ATM 'ਚ ਹੋਈ ਹੈ, ਜਿੱਥੇ ਕਿ ਚੋਰਾਂ ਦੇ ਵੱਲੋਂ ਦੇਰ ਰਾਤ ਨੂੰ ਗੈਸ ਕਟਰ ਦੇ ਨਾਲ ATM ਨੂੰ ਕੱਟਿਆ ਅਤੇ ਉਸਦੇ ਵਿੱਚ ਪਈ ਨਕਦੀ ਨੂੰ ਲੈ ਕੇ ਫਰਾਰ ਹੋ ਗਏ। ਤਾਂ ਖਬਰ ਫਗਵਾੜਾ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਚੋਰਾਂ ਦੇ ਵੱਲੋਂ ATM ਨੂੰ ਨਿਸ਼ਾਨਾ ਬਣਾਇਆ ਗਿਆ। ਹਾਲਾਂਕਿ ਜੇਕਰ ਇਸ ਤੋਂ ਕੁਝ ਦਿਨ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਵੀ ਵਾਇਰਲ ਹੋਈ ਸੀ, ਜਿਸ ਦੇ ਵਿੱਚ ਚੋਰਾਂ ਦੇ ਵੱਲੋਂ ATM ਨੂੰ ਨਿਸ਼ਾਨਾ ਬਣਾਇਆ ਗਿਆ ਸੀ ਅਤੇ ਰੱਸਾ ਪਾ ਕੇ ਗੱਡੀ ਦੇ ਨਾਲ ਖਿੱਚ ਕੇ ATM ਨੂੰ ਹੀ ਤੋੜ ਦਿੱਤਾ ਤੇ ਪੂਰੀ ਮਸ਼ੀਨ ਹੀ ਲੈ ਕੇ ਚੋਰ ਉੱਡ ਜਾਂਦੇ ਨੇ। ਪਰ ਹੁਣ ਇਹ ਪੰਜਾਬ ਦੇ ਫਗਵਾੜਾ ਦੇ ਵਿੱਚ ਵੱਡਾ ਕਾਂਡ ਹੋਇਆ, ਜਿੱਥੇ ਕਿ SBI ਦੇ ATM ਨੂੰ ਚੋਰਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਅਤੇ ਸਾਰਾ ਕੁਝ ਉਸਦੇ ਵਿੱਚੋਂ ਲੈ ਕੇ ਫਰਾਰ ਹੋ ਗਏ ਨੇ। ਇੱਕ ਵੀ ਰੁਪਈਆ ਉਸਦੇ ਵਿੱਚ ਛੱਡਿਆ ਨਹੀਂ ਹੈ। ਗੈਸ ਕਟਰ ਦੇ ਨਾਲ ਉਹਨਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਫਿਲਹਾਲ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹਾਲਾਂਕਿ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਕਿ ਆਖਰ ਕੀ ATM ਖੁੱਲ੍ਹਾ ਸੀ ਜਾਂ ਫਿਰ ਨਹੀਂ। ਜੇ ਖੁੱਲ੍ਹਾ ਸੀ ਤਾਂ ਕੀ ਉਸਦੇ ਵਿੱਚ ਕੋਈ ਸਿਕਿਉਰਿਟੀ ਗਾਰਡ ਨਹੀਂ ਸੀ? ਇਹ ਵੀ ਆਪਣੇ ਆਪ ਦੇ ਵਿੱਚ ਕਾਫੀ ਅਹਿਮ ਮੰਨਿਆ ਜਾਂਦਾ, ਕਿਉਂਕਿ ਆਈ ਵਾਰ ਦੇਖਿਆ ਜਾਂਦਾ ਹੈ ਕਿ ਜਦੋਂ ਵੀ ਕਿਤੇ ATM 'ਚ ਜਾਓ ਤਾਂ ਸਿਕਿਉਰਿਟੀ ਗਾਰਡ ਜ਼ਰੂਰ ਮੌਜੂਦ ਹੁੰਦਾ। ਪਰ ਇੱਥੇ ਸਿਚੁਏਸ਼ਨ ਕੀ ਹੈ ਇਹ ਮੌਕੇ ਦੇ ਉੱਤੇ ਜਾ ਕੇ ਪਤਾ ਲੱਗੇਗਾ, ਪਰ ਕਿਤੇ ਨਾ ਕਿਤੇ ਪੁਲਿਸ ਦੇ ਵੱਲੋਂ ਹੁਣ ਇਸ ਮਾਮਲੇ ਨੂੰ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੱਸ ਦਈਏ ਕਿ ਫਗਵਾੜਾ ਦੇ ਵਿੱਚ ਇੱਕ SBI ਦੇ ATM ਨੂੰ ਚੋਰਾਂ ਦੇ ਵੱਲੋਂ ਨਿਸ਼ਾਨਾ ਬਣਾਇਆ, ਗੈਸ ਕਟਰ ਦੇ ਨਾਲ ਕੱਟ ਕੇ ਉਸਦੇ ਵਿੱਚੋਂ ਸਾਰਾ ਕੁਝ ਲੈ ਕੇ ਫਰਾਰ ਹੋ ਗਏ ਨੇ। ਸਵੇਰੇ ਘਰ ਦੇ ਵਿਆਹ ਜਾਣ ਲੱਗਾ, ਜਦੋਂ ਨੀਚੇ ਉਤਰੇ ਤਾਂ ਸਾਰੀ ਪੁਲਿਸ ਖੜੀ, ਕਿੰਨੀ ਵੜੀ ਨੂੰ ਪੁੱਛਿਆ ਕੀ ਹੋਇਆ, ਕਹਿੰਦੇ ਜੀ ATM ਤੋੜ ਕੇ ਲੈ ਗਏ। ਅੱਜ ਸਵੇਰੇ ਲੈ ਗਏ? ਹਾਂਜੀ ਸਵੇਰੇ। ਹਾਂਜੀ ਹਾਂਜੀ। ਕਿੰਨੇ ਕੁ ਵਜੇ ਦਾ ਸਮਾਂ ਸੀ ਕੁਝ ਪਤਾ? ਸਮਾਂ ਮੇਰੇ ਹਿਸਾਬ ਨਾਲ 3:30-4 ਵਜੇ ਜਾਂ 4:30 ਉਤਰੇ ਹਾਂ ਉਦੋਂ ਪਤਾ ਲੱਗਾ ਵੀ ਥੱਲੇ ਪੁਲਿਸ ਖੜੀ ਹੈ। ਅਤੇ ਮਸ਼ੀਨ ਕਟਰ ਨਾਲ ਕੱਟ ਕੇ ਲੈ ਗਏ? ਪਤਾ ਨਾ ਜੀ, ਦੇਖਣ ਨੂੰ ਪਤਾ ਲੱਗਦਾ ਕਿ ਕਟਰ ਨਾਲ ਕੱਟੀ ਹੋਈ ਹੈ। ਲਗਭਗ ਨੁਕਸਾਨ ਕੁਛ ਪਤਾ ਚੱਲ? ਪਤਾ ਨਹੀਂ, ਇਹ ਤਾਂ ਥੋੜ੍ਹਾ ਪਤਾ ਆਪਾਂ ਨੂੰ ਕੀ ਨੁਕਸਾਨ ਹੈ, ਕਿੰਨਾ ਨੁਕਸਾਨ ਹੈ ਆਪਾਂ ਨੂੰ ਪਤਾ। ਮਲਾਈ ਰੋਡ ਦੇ ਉੱਪਰ ਤੁਸੀਂ ਕਿਰਾਏ 'ਤੇ ਰਹਿੰਦੇ ਜਾਂ? ਬਸ ਇਹਨਾਂ ਦੇ ਮਾਲਕਾਂ ਦੇ ਉੱਪਰ ਹੀ ਰਹਿੰਦੇ, ਕਿਰਾਏ ਕਿਰੂਏ ਤਾਂ ਕੋਈ ਨਹੀਂ ਹੈਗੇ, ਬਸ ਜਿੰਮ ਦੀ ਰਖਵਾਲੀ ਕਰਦੇ ਬਸ। ਜਿੰਮ 'ਤੇ ਲੱਗੇ? ਹਾਂਜੀ ਹਾਂਜੀ। ਲੱਗੀ ਹੈ ਜਿਹੜਾ ਅੱਜ ਇੱਕ SBI ਬੈਂਕ ATM 'ਤੇ ਆਏ ਹਾਂ, ਇਹ ਜੀ ਪਤਾ ਲੱਗਾ ਸੀਗਾ ਵੀ ATM ਦਾ ਮਤਲਬ ਕਿ ਜਦੋਂ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਆ ਵੀ ਇੱਥੇ ਏਟੀਐਮ ਮਤਲਬ ਲੁੱਟ ਹੋ ਗਿਆ ਆ, ਉਹਦੇ ਸੰਬੰਧ ਵਿੱਚ ਆਏ ਹਾਂ ਅਤੇ ਇੱਥੋਂ ਪੁੱਛਿਆ ਸੀਗਾ ਵੀ ਕਿੰਨੇ ਕੁ ਵਜੇ ਦਾ ਵਾਕਿਆ, ਜਿਹੜਾ ਮੁੰਡਾ ਉੱਪਰ ਆ ਰਹਿੰਦਾ ਆ ਆਪਣੇ ਹਰਮੇਸ਼ ਕੁਮਾਰ, ਅਤੇ ਹੁਣ ਇਹ ਕੈਮਰੇ ਵਗੈਰਾ ਚੈੱਕ ਕਰਕੇ ਅਤੇ ਉਹਦਾ ਦੇਖ ਕੇ ਫਿਰ ਟਾਈਮਿੰਗ ਕੱਢ ਕੇ ਫੋਟੋ ਵਗੈਰਾ ਚੈੱਕ ਕਰਕੇ ਜੀ ਤਫਤੀਸ਼ ਕਰਕੇ ਦੇਖਦੇ ਹਾਂ ਕੀ ਵਾਕਿਆ। ਕਿੰਨੇ ਕੁ ਵਜੇ ਹਾਦਸਾ ਹੋਇਆ ਕੁਛ ਪਤਾ? ਸਰ ਵੀ ਹਾਦਸੇ ਟਾਈਮ ਹੁਣ ਇਹ ਵੀ ਪੰਦਰਾਂ ਸੌ ਰਾਤੀ ਸੀ, ਉਹਦੇ 3-4 ਵਜੇ ਦੇ ਖਰੀਦ ਦਾ ਦੱਸਦੇ ਆ। ਨੁਕਸਾਨ ਕਿੰਨਾ ਹੋ ਰਿਹਾ ਲਗਭਗ? ਉਹ ਤਾਂ ਸਰ ਹਜੇ ਪਤਾ ਨਹੀਂ, ਹੁਣ ਪਤਾ ਕਰਾਂਗੇ ਪੁੱਛ ਕੇ। ਮਸ਼ੀਨ ਵਗੈਰਾ ਕਿੰਨਾ? ਮਸ਼ੀਨ ਵਗੈਰਾ ਸਰ ਕਟਨ ਦੀ ਹੋਈ ਹੋਈ ਆ। ਹਾਂਜੀ ਸਰ, ਕੀ ਮਾਮਲਾ ਕੀ ਹੈ ਜਿਹੜਾ ਇੱਕ ATM ਵਗੈਰਾ ਇੱਥੇ ਆਏ ਸੀ? ATM ਦੀ ਜਿਹੜੇ ਕਰਕੇ ਗਏ ਨੇ, ATM ਕਟਰ ਕੱਟ ਕੇ ਉਸ ਤੋਂ ਪੈਸੇ ਕੱਢ ਕੇ ਲੈ ਗਏ, ਅਤੇ CCTV ਫੁਟੇਜ ਦੇਖ ਰਹੇ ਹਾਂ, ਬਾਕੀ ਅਗਲੀ ਕਾਰ ਵੀ ਅਮਲ 'ਚ ਲਿਆ ਰਹੇ ਹਾਂ ਅਤੇ ਬਹੁਤ ਜਲਦੀ ਜਲਦੀ ਇਹਨਾਂ ਨੂੰ ਫੜ ਲਿੱਤਾ ਜਾਊ। ਸਰ ਕਿੰਨੇ ਕੁ ਵਜੇ ਹਾਦਸਾ ਹੋਇਆ? ਇਹ ਰਾਤ 2:30 ਵਜੇ ਦੀ ਗੱਲ। ਕੋਈ CCTV ਕੈਮਰੇ 'ਚ ਨਹੀਂ ਆਏ ਬੰਦੇ? ਅਜੇ ਚੈੱਕ ਕਰ ਰਹੇ ਹਾਂ, ਚੈੱਕ ਕਰਨ ਤੋਂ ਬਾਅਦ ਪਤਾ ਲੱਗ। ਅਤੇ ਨੁਕਸਾਨ ਕਿੰਨਾ ਕੁ ਹੋ ਗਿਆ ਸਰ? ਅਜੇ ਬੈਂਕ ਵਾਲੇ ਬੁਲਾਏ ਨੇ, ਜਿਹੜੀ ਏਜੰਸੀ ਹੈ ਇਹ 'ਚ ਫਿਲ ਕਰਦੀ ਹੈ ਪੈਸੇ, ਅਤੇ ਉਹਨਾਂ ਤੋਂ ਸਾਰਾ ਕੁਛ ਪਤਾ ਲੱਗਦਾ।